ਆਮ ਤੋਂ ਖਾਸ ਬਣੇ। ਪੋਸਟਰ ਲਾਉਣ ਵਾਲੇ, ਦਰੀਆਂ ਵਿਛਾਉਣ ਵਾਲੇ ਜਿਹੜੇ ਕਹਿੰਦੇ ਹੁੰਦੇ ਸੀ ਕਿ ਲੀਡਰਾਂ ਨੂੰ ਘੇਰ ਕੇ ਸਵਾਲ ਕਰੋ, ਪਰ ਜਦੋਂ ਹੁਣ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ ਤਾਂ ਉਹ ਹੁਣ ਅਸਲੀ ਰੰਗ ਦਿਖਾਉਣ ਲੱਗ ਗਏ। ਚਮਕੌਰ ਸਾਹਿਬ ਦੇ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ MLA ਡਾਕਟਰ ਚਰਨਜੀਤ ਸਿੰਘ ਨੂੰ ਸਵਾਲ ਕਰਦਾ ਚਿੱਟੇ 'ਤੇ, ਤਾਂ ਉਸ ਨੌਜਵਾਨ ਦੇ ਨਾਲ ਗਾਲੀ ਗਲੋਚ ਵੀ ਹੁੰਦਾ, ਉਸਦੇ ਘਰ ਪੁਲਿਸ ਤੱਕ ਭੇਜੀ ਜਾਂਦੀ ਆ। ਤਾਂ ਉਹ ਨੌਜਵਾਨ ਕੱਲ੍ਹ ਤੋਂ ਹੀ ਘਰੋਂ ਫਰਾਰ ਆ, ਡਰ ਦੇ ਵਿੱਚ ਆ, ਸਹਿਮ ਦੇ ਵਿੱਚ ਆ। ਕੱਲ੍ਹ ਮੈਂ ਇਹਨਾਂ ਨੂੰ ਸਵਾਲ ਪੁੱਛੇ ਸਾਡੇ ਪਿੰਡ ਆਏ ਅਤੇ ਇਹ ਇਹਨਾਂ ਨੂੰ ਮੈਂ ਚਿੱਟੇ ਬਾਰੇ ਸਵਾਲ ਜਵਾਬ ਕੀਤੇ ਅਤੇ ਇਸ ਗੱਲੋਂ ਇਹ ਭੜਕ ਗਏ ਉੱਥੇ ਮੇਰੇ ਨਾਲ ਅਤੇ ਮੈਨੂੰ ਕਹਿੰਦੇ ਚੱਕ ਇਹਨੂੰ ਗੱਡੀ ਸੁੱਟੋ। ਫਿਰ ਉਲਟਾ ਕਹਿੰਦੇ ਤਾਂ 20 ਸਾਲ ਤੋਂ ਚੱਲਦਾ ਆ ਰਿਹਾ ਹੈ ਅਤੇ CM ਸਾਹਿਬ ਨੇ ਸਾਨੂੰ ਇੱਦਾਂ ਕਿਹਾ ਤਾ ਵੀ 3 ਮਹੀਨੇ 'ਚ ਅਸੀਂ ਚਿੱਟਾ ਖਤਮ ਕਰਾਂਗੇ। ਕੇਜਰੀਵਾਲ ਸਾਹਿਬ ਵੀ ਬੈਠੇ ਤੇ ਵੀ 3 ਮਹੀਨੇ ਚਿੱਟਾ ਖਤਮ ਕਰਾਂਗੇ। ਨਸ਼ਾ ਕੋਈ ਅੱਜ ਤੱਕ ਇਹ ਤਾਂ 20 ਸਾਲ ਪੁਰਾਣਾ ਇੱਥੇ ਜਦੋਂ ਤੁਹਾਡੇ ਕੋਲ ਰਿਕਾਰਡਿੰਗ ਹੈਗੀ ਹੈ? ਜੀ ਮੇਰੇ ਕੋਲ ਰਿਕਾਰਡਿੰਗ ਆ, MLA ਸਾਹਿਬ ਨੇ ਖੁਦ ਕਿਹਾ ਅਤੇ ਉਹਨਾਂ ਦੇ ਵਰਕਰਾਂ ਨੇ ਮੈਨੂੰ ਗਾਲਾਂ ਕੱਢੀਆਂ, ਗਾਲੀ ਗਲੋਚ ਕੀਤੀ ਮੇਰੇ ਨਾਲ ਅਤੇ ਬਾਅਦ 'ਚ ਅੱਜ ਸਵੇਰੇ ਮੇਰੇ ਘਰਾਂ ਪੁਲਿਸ ਭੇਜੀ ਸਵੇਰ ਟਾਈਮ। ਮੈਂ ਰਾਤ ਘਰਾਂ ਨਹੀਂ ਸੁੱਤਾ ਅਤੇ ਸਵੇਰੇ ਵੀ ਨਹੀਂ ਸੁੱਤਾ ਅਤੇ ਸਵੇਰ ਟਾਈਮ ਮੇਰੇ ਘਰਾਂ ਪੁਲਿਸ ਗਈ ਆ ਅਤੇ ਕੱਲ੍ਹ ਦਾ ਮੈਂ ਇੱਦਾਂ ਹੀ ਬਾਹਰ ਨਿਕਲਿਆ ਘਰ 'ਤੇ। ਮੇਰੇ ਪਰਿਵਾਰ ਨੂੰ ਕਹਿ ਗਏ ਆ ਵੀ ਇਹਨੂੰ ਚੌਂਕੀ ਭੇਜੋ 4 ਵਜੇ। ਮੈਂ ਕਿਹੜਾ ਗੁਨਾਹ ਕਰਤਾ ਜਿਹੜਾ ਉਹ ਮੈਨੂੰ ਚੌਂਕੀ ਬੁਲਾਉਂਦੇ ਆ, ਇਹ ਦੱਸੋ ਪਹਿਲਾਂ ਮੈਨੂੰ। CM ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਇਹ ਕਿਆ ਗੱਲ ਆ। ਹੁਣ ਤੁਹਾਨੂੰ ਡਰ ਹੋ ਸਕਦਾ ਤੁਹਾਨੂੰ ਚੌਂਕੀ ਬੁਲਾ ਕੇ ਤੁਹਾਡੇ ਤੋਂ ਪਰਚਾ ਪਾ ਦੇਣ? ਹਾਂਜੀ, ਮੇਰੇ 'ਤੇ ਪਰਚਾ ਪਾ ਸਕਦੇ ਆ, ਇਹਨਾਂ ਦਾ ਕਿਆ ਪਤਾ ਜੀ ਅੱਜ ਕੱਲ੍ਹ ਮੁੰਡਿਆਂ ਨੂੰ ਜਿਹੜਾ ਬੋਲਦਾ ਉਹਦਾ ਮੂੰਹ ਬੰਦ ਕਰਾਉਂਦੇ ਆ ਇਹ। ਮੈਨੂੰ ਵੀ ਕੱਲ੍ਹ ਕਿਆ ਪਤਾ ਭਾਨਾ ਸਿੱਧੂ ਤਰ੍ਹਾਂ ਚੈਨੀ ਚੋਰ ਬਣਾ ਦੇਣ, 10-20 ਹਜ਼ਾਰ ਦੀ ਲੁੱਟ ਖੋਹ ਦਾ ਮੁਕੱਦਮ ਪਾ ਦੇਣ, ਹੁਣ ਕਿਆ ਪਤਾ ਝੂਠੇ ਪਰਚੇ ਕਰਾਉਣ। ਉਹ ਕਹਿ ਰਿਹਾ ਕਿ ਚਿੱਟੇ ਦੇ ਬਾਰੇ ਮੈਂ ਸਵਾਲ ਪੁੱਛਿਆ ਸੀ ਕਿ ਚਿੱਟਾ ਕਿਉਂ ਨਹੀਂ ਬੰਦ ਹੋਇਆ ਅਤੇ ਤੁਸੀਂ ਕਿਹਾ ਵੀ ਚਿੱਟਾ ਤਾਂ 20 ਸਾਲ ਤੋਂ ਚੱਲ ਰਿਹਾ ਹੈਗਾ। ਆਹੋ, ਮੈਂ ਇਹ ਕਿਹਾ ਵੀ ਚਿੱਟਾ ਤਾਂ 20 ਸਾਲ ਤੋਂ ਚੱਲ ਰਿਹਾ, ਤੁਹਾਡੀ ਗੱਲ ਮੈਂ ਸੁਣਦਾ, ਮੈਨੂੰ ਮੀਟਿੰਗ ਕਰ ਲੈਣ ਦਿਓ। ਤਾਂ MLA ਸਾਹਿਬ ਪੁਲਿਸ ਕਿਉਂ ਗਈ ਸੀ ਉਹਨਾਂ ਦੇ ਘਰੇ? ਪੁਲਿਸ ਤਾਂ ਮੈਂ ਭੇਜੀ ਸੀ। MLA ਸਾਹਿਬ ਇਹ ਤਾਂ ਨਹੀਂ ਹੈ ਕੋਈ ਪੁਲਿਸ ਗਈ, ਕਿਉਂਕਿ ਉਹ ਨੌਜਵਾਨ ਕਹਿ ਰਿਹਾ ਸੀ ਹੋ ਸਕਦਾ ਮੇਰੇ 'ਤੇ ਕੋਈ ਪਰਚਾ ਕਰਵਾ ਦੇਣ ਝੂਠਾ। ਪਰਚਾ ਤਾਂ ਜੇ ਹੋਇਆ ਹੁੰਦਾ ਸਾਹਮਣੇ ਆ ਜਾਣਾ ਸੀ। ਵੈਸੇ MLA ਸਾਹਿਬ ਤੁਹਾਡੇ ਹਲਕੇ ਦੇ ਵਿੱਚ ਚਿੱਟੇ ਦੀ ਕੋਈ ਹੈਗੀ ਸਮੱਸਿਆ? ਨਹੀਂ ਜੀ, ਨਹੀਂ, ਐਸੀ ਕੋਈ ਗੱਲ ਨਹੀਂ ਹੈ। ਹੁਣ ਤੁਹਾਡੇ ਹਲਕੇ ਦੇ ਵਿੱਚ ਉਹ ਚਿੱਟਾ ਬਿਲਕੁਲ ਖਤਮ ਆ ਜੀ, ਤੁਸੀਂ ਕਹਿੰਦੇ ਹੋ? ਨਹੀਂ ਦੇਖੋ, ਮੈਂ ਤੁਸੀਂ ਜੇ ਕਹੋ ਵੀ ਬਿਲਕੁਲ ਖਤਮ ਹੈ, ਬਹੁਤ। ਤੁਸੀਂ ਜੁੜੇ ਹੋ ਅੱਖਰ ਦੇ ਨਾਲ ਅਤੇ ਮੈਂ ਹਾਂ ਗਗਨਦੀਪ ਰਟੋਲ। ਆਮ ਤੋਂ ਖਾਸ ਬਣੇ, ਪੋਸਟਰ ਲਾਉਣ ਵਾਲੇ, ਦਰੀਆਂ ਵਿਛਾਉਣ ਵਾਲੇ ਜਿਹੜੇ ਕਹਿੰਦੇ ਹੁੰਦੇ ਸੀ ਕਿ ਲੀਡਰਾਂ ਨੂੰ ਘੇਰ ਕੇ ਸਵਾਲ ਕਰੋ, ਇਹਨਾਂ ਲੀਡਰਾਂ ਨੂੰ ਸਵਾਲ ਕਰੋ, ਚਿੱਟੇ 'ਤੇ ਸਵਾਲ ਕਰੋ, ਨੌਕਰੀਆਂ 'ਤੇ ਸਵਾਲ ਕਰੋ, ਮਾਈਨਿੰਗ 'ਤੇ ਸਵਾਲ ਕਰੋ, ਇਹ ਸਾਡੇ ਪੰਜਾਬ ਨੂੰ ਲੁੱਟ ਕੇ ਖਾ ਗਏ, ਸਾਡੇ ਪੰਜਾਬ ਦੀ ਨੌਜਵਾਨੀ ਦਾ ਇਹਨਾਂ ਨੇ ਘਾਣ ਕਰਤਾ, ਪਰ ਜਦੋਂ ਹੁਣ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ ਆਮ ਤੋਂ ਖਾਸ ਬਣਿਆਂ ਨੂੰ ਤਾਂ ਉਹ ਹੁਣ ਅਸਲੀ ਰੰਗ ਦਿਖਾਉਣ ਲੱਗ ਗਏ, ਆਮ ਆਦਮੀ ਹੁੰਦਾ ਕੀ ਹੈ। ਤਾਂ ਇਸੇ ਤਰ੍ਹਾਂ ਕੱਲ੍ਹ ਚਮਕੌਰ ਸਾਹਿਬ ਦੇ ਇੱਕ ਪਿੰਡ ਦੇ ਵਿੱਚ ਇੱਕ ਨੌਜਵਾਨ MLA ਡਾਕਟਰ ਚਰਨਜੀਤ ਸਿੰਘ ਨੂੰ ਸਵਾਲ ਕਰਦਾ ਚਿੱਟੇ 'ਤੇ, ਤਾਂ ਉਸ ਨੌਜਵਾਨ ਦੇ ਨਾਲ ਗਾਲੀ ਗਲੋਚ ਵੀ ਹੁੰਦਾ, ਉਸਦੇ ਘਰ ਪੁਲਿਸ ਤੱਕ ਭੇਜੀ ਜਾਂਦੀ ਆ। ਤਾਂ ਉਹ ਨੌਜਵਾਨ ਕੱਲ੍ਹ ਤੋਂ ਹੀ ਘਰੋਂ ਫਰਾਰ ਆ, ਡਰ ਦੇ ਵਿੱਚ ਆ, ਸਹਿਮ ਦੇ ਵਿੱਚ ਆ ਕਿ ਮੈਂ ਸਵਾਲ ਕੀਤੇ ਸੀ ਪਰ ਸਵਾਲਾਂ ਦਾ ਆਹ ਅੱਗੋਂ ਰਿਐਕਸ਼ਨ ਕਿਉਂ ਆਇਆ। ਤਾਂ ਉਹ ਨੌਜਵਾਨ ਮੇਰੇ ਨਾਲ ਆ ਇਸ ਵੇਲੇ, ਗੱਲਬਾਤ ਆਪਾਂ ਕਰਦੇ ਹਾਂ। ਬਾਈ ਸਵਾਗਤ ਆ ਤੁਹਾਡਾ ਅੱਖਰ ਦੇ। ਹਾਂਜੀ, ਸਵਾਗਤ ਆ ਜੀ, ਸਤਿ ਸ਼੍ਰੀ ਅਕਾਲ ਜੀ। ਬਾਈ ਕੀ ਨਾਮ ਤੁਹਾਡਾ? ਮੇਰਾ ਨਾਮ ਰਵਿੰਦਰ ਸਿੰਘ ਆ ਅਤੇ ਪਿੰਡ 'ਚ ਮੈਨੂੰ ਗੋਲੂ ਕਹਿੰਦੇ ਜੀ। ਪਿੰਡ ਮੇਰਾ ਟੱਪਰੀਆਂਵਰ ਸਿੰਘ ਆ ਅਤੇ ਜ਼ਿਲ੍ਹਾ ਰੋਪੜੇ ਆ ਜੀ। ਅੱਛਾ, ਹੋਇਆ ਕੀ ਸੀ ਕੱਲ੍ਹ? ਅਸੀਂ ਇੱਕ ਵੀਡੀਓ ਦੇਖੀ ਆ, ਛੋਟਾ ਜਿਹਾ ਕਲਿੱਪ ਆ,
ਤੁਸੀਂ ਸਵਾਲ ਕਰਦੇ ਹੋ MLA ਨੂੰ ਅਤੇ ਉਹ ਕਹਿੰਦੇ ਨੇ ਇਹਨੂੰ ਪਿੱਛੇ ਕਰੋ, ਇਸ ਤਰ੍ਹਾਂ ਦਾ ਕੁਛ ਕਹਿੰਦੇ ਬੋਲਦੇ ਸੁਣਦੇ ਨੇ। ਉਸ ਤੋਂ ਬਾਅਦ ਇੱਕ ਹੋਰ ਵੀਡੀਓ ਆਉਂਦੀ ਆ ਜਿਸ ਦੇ ਵਿੱਚ ਤੁਹਾਨੂੰ ਸ਼ਾਇਦ ਕੁਛ ਲੋਕ ਗਾਲਾਂ ਵੀ ਕੱਢਦੇ ਨੇ, ਤਾਂ ਹੋਇਆ ਕੀ ਸੀ ਅਸਲ ਦੇ? ਸ਼ੁਰੂ ਤੋਂ ਸਾਰੀ ਕਹਾਣੀ ਦੱਸੋ। ਇਹ ਕੱਲ੍ਹ ਮੈਂ ਇਹਨਾਂ ਨੂੰ ਸਵਾਲ ਪੁੱਛੇ ਸਾਡੇ ਪਿੰਡ ਆਏ ਅਤੇ ਇਹ ਇਹਨਾਂ ਨੂੰ ਮੈਂ ਚਿੱਟੇ ਬਾਰੇ ਸਵਾਲ ਜਵਾਬ ਕੀਤੇ ਵੀ ਡਾਕਟਰ ਚੰਜੀਤ ਸਿੰਘ ਚੰਨੀ ਨੂੰ, ਅਤੇ ਇਹਨਾਂ ਨੂੰ ਮੈਂ ਪੁੱਛਿਆ ਵੀ ਮੈਂ ਚਾਰ ਮੁੰਡੇ ਚੱਕੇ ਤੇ ਉਹਨਾਂ ਨੂੰ ਚੱਕ ਕੇ ਉੱਥੇ ਲੈ ਗਏ ਚੌਂਕੀ 'ਚ ਲੈ ਗਏ ਅਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਅਤੇ ਇਸ ਗੱਲੋਂ ਇਹ ਭਟਕ ਗਏ ਉੱਥੇ ਮੇਰੇ ਨਾਲ ਅਤੇ ਮੈਨੂੰ ਕਹਿੰਦੇ ਚੱਕ ਕੇ ਇਹਨੂੰ ਗੱਡੀ ਸੁੱਟੋ ਅਤੇ ਐਂ ਕਰੋ। ਅਤੇ ਮੈਂ CM ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਆਪੇ ਖੁਦ ਕਹਿੰਦੇ ਤੇ ਵੀ ਸਾਨੂੰ ਸਵਾਲ ਪੁੱਛੋ ਇਹ ਕਰੋ ਅਤੇ ਹੁਣ MLA ਸਾਨੂੰ ਡਰਾਉਂਦੇ ਧਮਕਾਉਂਦੇ ਆ। ਅਤੇ ਮੈਨੂੰ CM ਸਾਹਿਬ ਦੀਆਂ ਗੱਲਾਂ ਪੂਰੀਆਂ ਯਾਦ ਆ ਜਦੋਂ ਇਹ ਸੰਗਰੂਰ 'ਚ ਹਲ ਚੋਣਾਂ ਦੀਆਂ ਉਦੋਂ ਇਹ ਗੱਡੀ 'ਚ ਚੜ੍ਹ ਕੇ ਕਹਿੰਦੇ ਤੇ ਵੀ ਹੈ ਨਾ ਸਾਡੇ ਚਿੱਟੇ ਬਾਰੇ ਚਿੱਟਾ ਅੰਨਾ ਆ ਅਤੇ ਇੱਦਾਂ ਕਰਦੇ ਸੀ। ਅਤੇ ਅੱਜ ਕੱਲ੍ਹ ਹੁਣ ਇਹ ਡਰਾਉਂਦੇ ਧਮਕਾਉਂਦੇ ਆ। ਅਤੇ ਕੱਲ੍ਹ ਇਹਨਾਂ ਦੇ ਡਾਕਟਰ ਚੰਜੀਤ ਸਿੰਘ ਚੰਨੀ ਸਾਡੇ ਪਿੰਡ 'ਚ ਆਏ ਤੇ ਅਤੇ ਉਹਨਾਂ ਨੇ ਮੈਂ ਉਹਨਾਂ ਦੇ ਸਵਾਲ ਜਵਾਬ ਜਦ ਕੀਤੇ ਉਹਨਾਂ ਨੇ ਮੈਨੂੰ ਚੱਕ ਕੇ ਗੱਡੀ ਵਿੱਚ ਸੁੱਟਣ ਦੀਆਂ ਧਮਕੀਆਂ ਦਿੱਤੀਆਂ। ਇਹ ਤੁਹਾਨੂੰ MLA ਨੇ ਕਿਹਾ, ਤੁਹਾਡੇ ਕੋਲ ਰਿਕਾਰਡਿੰਗ ਹੈਗੀ ਇਹ? ਹਾਂਜੀ, ਮੇਰੇ ਕੋਲ ਰਿਕਾਰਡਿੰਗ ਆ। MLA ਸਾਹਿਬ ਨੇ ਖੁਦ ਕਿਹਾ ਅਤੇ ਉਹਨਾਂ ਦੇ ਵਰਕਰਾਂ ਨੇ ਮੈਨੂੰ ਗਾਲਾਂ ਕੱਢੀਆਂ, ਗਾਲੀ ਗਲੋਚ ਕੀਤੀ ਮੇਰੇ ਨਾਲ, ਅਤੇ ਬਾਅਦ 'ਚ ਅੱਜ ਸਵੇਰੇ ਮੇਰੇ ਘਰਾਂ ਪੁਲਿਸ ਭੇਜੀ ਸਵੇਰ ਟਾਈਮ। ਅਤੇ ਹੁਣ ਇਹ ਦੱਸੋ ਅੱਜ ਕੱਲ੍ਹ ਹੁਣ ਮੈਨੂੰ ਵੀ ਕੱਲ੍ਹ ਕਿਆ ਪਤਾ ਭਾਨਾ ਸਿੱਧੂ ਤਰ੍ਹਾਂ ਚੈਨੀ ਚੋਰ ਬਣਾ ਦੇਣ, 10-20 ਹਜ਼ਾਰ ਦੀ ਲੁੱਟ ਖੋਹ ਦਾ ਮੁਕੱਦਮ ਪਾ ਦੇਣ, ਹੁਣ ਕਿਆ ਪਤਾ ਝੂਠੇ ਪਰਚੇ ਕਰਾਉਣ, ਇਹਨਾਂ ਦਾ ਕੀ ਪਤਾ। ਹੁਣ ਇਹ ਜੇ ਕੋਈ ਇਹਨਾਂ 'ਤੇ ਕੋਈ ਸਵਾਲ ਪੁੱਛਦਾ ਹੈ, ਹੁਣ ਅੱਜ ਕੱਲ੍ਹ ਇਹ ਆਪਣਾ ਚੁੱਪ ਮੂੰਹ ਚੁੱਪ ਕਰਾਉਂਦੇ ਆ, ਉਹਨਾਂ ਦੇ ਬੰਦ ਕਰਾਉਂਦੇ ਆ ਮੂੰਹ, ਇਹ ਦੱਸੋ ਕੀ ਗੱਲ ਹੈ? ਇਹ ਤਾਂ ਮੈਂ CM ਸਾਹਿਬ ਨੂੰ ਸਵਾਲ ਕਰਨਾ ਚਾਹੁੰਦਾ ਹਾਂ ਬਸ। ਤੁਸੀਂ ਇਹ ਦੱਸੋ ਵੀ ਹੁਣ ਤੁਹਾਡੇ ਘਰ ਇਹ ਕੱਲ੍ਹ ਦੀ ਗੱਲ ਆ, ਕੱਲ੍ਹ ਦੁਪਹਿਰ ਦੀ ਘਟਨਾ? ਅਤੇ ਕੱਲ੍ਹ ਦੁਪਹਿਰ ਦੀ ਘਟਨਾ ਆ, ਅਤੇ ਉਸ ਤੋਂ ਬਾਅਦ ਮਤਲਬ ਕਿ ਮੈਂ ਰਾਤ ਘਰਾਂ ਨਹੀਂ ਸੁੱਤਾ ਅਤੇ ਸਵੇਰੇ ਵੀ ਨਹੀਂ ਸੁੱਤਾ, ਅਤੇ ਸਵੇਰ ਟਾਈਮ ਮੇਰੇ ਘਰ ਪੁਲਿਸ ਗਈ ਆ, ਅਤੇ ਕੱਲ੍ਹ ਦਾ ਮੈਂ ਇੱਦਾਂ ਹੀ ਬਾਹਰ ਨਿਕਲਿਆ ਘਰ 'ਤੇ, ਅਤੇ ਹੁਣ SHO ਸਾਹਿਬ ਪਤਾ ਨਹੀਂ ਕੌਣ ਗਏ ਆ, SI ਅਤੇ ਸ਼ਾਮ ਨੂੰ ਮੈਨੂੰ ਚੌਂਕੀ 'ਚ ਬੁਲਾਉਂਦੇ ਆ। ਮੈਂ ਕਿਹੜਾ ਗੁਨਾਹ ਕਰਤਾ ਜਿਹੜਾ ਉਹ ਮੈਨੂੰ ਚੌਂਕੀ ਬੁਲਾਉਂਦੇ ਆ? ਇਹ ਦੱਸੋ ਪਹਿਲਾਂ ਮੈਨੂੰ। CM ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਇਹ ਕਿਆ ਗੱਲ ਆ ਜੇ ਹੁਣ। ਅੱਛਾ, ਤੁਸੀਂ ਤੁਹਾਡੀ ਪਰਿਵਾਰ ਨਾਲ ਗੱਲ ਹੋਈ, ਘਰਦਿਆਂ ਨਾਲ, ਘਰੇ ਕਹਿ ਕੇ ਗਏ ਨੇ ਕਿ ਉਹਨੂੰ ਚੌਂਕੀ ਭੇਜੋ? ਹਾਂਜੀ, ਅਤੇ ਮੇਰੇ ਪਰਿਵਾਰ ਨੂੰ ਕਹਿ ਗਏ ਆ ਵੀ ਇਹਨੂੰ ਚੌਂਕੀ ਭੇਜੋ 4 ਵਜੇ, ਅਤੇ ਮੈਂ ਕਿਹੜਾ ਗੁਨਾਹ ਕਰਤਾ ਜਿਹੜਾ ਚੌਂਕੀ ਜਾਣਾ ਜੀ ਮੈਨੂੰ ਇਹ ਦੱਸਣ? ਤਾਂ ਤੁਹਾਨੂੰ ਵੀ ਡਰ ਆ, ਜਿਵੇਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਭਾਨੇ ਸਿੱਧੂ ਨੇ ਪਹਿਲਾਂ ਸਵਾਲ ਕੀਤੇ ਉੱਥੇ ਪਰਚੇ ਪਾਏ, ਹੁਣ ਤੁਹਾਨੂੰ ਡਰ ਹੋ ਸਕਦਾ ਤੁਹਾਨੂੰ ਚੌਂਕੀ ਬੁਲਾ ਕੇ ਤੁਹਾਡੇ 'ਤੇ ਕੋਈ ਪਰਚਾ ਪਾ ਦੇਣਾ? ਹਾਂਜੀ, ਮੇਰੇ 'ਤੇ ਪਰਚਾ ਪਾ ਸਕਦੇ ਆ, ਇਹਨਾਂ ਦਾ ਕਿਆ ਪਤਾ ਜੀ ਅੱਜ ਕੱਲ੍ਹ ਮੁੰਡਿਆਂ ਨੂੰ ਜਿਹੜਾ ਬੋਲਦਾ ਉਹਦਾ ਮੂੰਹ ਬੰਦ ਕਰਾਉਂਦੇ ਆ ਇਹ, ਕਿਆ ਪਤਾ ਹੁਣ ਕੱਲ੍ਹ ਪਰਚਾ ਦੇ ਦੇਣ, ਕੋਈ ਪਤਾ ਨਹੀਂ ਇਹਨਾਂ ਦਾ ਜੀ। ਕੱਲ੍ਹ ਮੈਨੂੰ ਵੀ ਚੈਨੀ ਚੋਰ ਬਣਾ ਸਕਦੇ ਆ, ਤੁਹਾਨੂੰ ਪਤਾ ਜੀ ਭਾਨੇ ਸਿੱਧੂ ਨਾਲ ਕੀ ਬਣਿਆ, ਮੇਰੇ ਸਰੀਰਕ ਤਸੱਦਦ ਕਰ ਸਕਦੇ ਆ, ਕੋਈ ਇਹਨਾਂ ਦਾ ਭਰੋਸਾ ਨਹੀਂ ਹੈਗਾ ਜੀ। ਇੰਨੀ ਗੱਲ ਕਿਉਂ, ਜਦੋਂ ਤੁਹਾਡੇ ਇੱਧਰ ਹਲਕੇ 'ਚ ਵੈਸੇ ਚਿੱਟਾ ਹੈਗਾ? ਹੈਗਾ, ਹਾਂਜੀ ਹਾਂਜੀ, ਚਿੱਟਾ ਬਹੁਤ ਇੱਧਰ, ਹੁਣ ਚਿੱਟੇ ਕਰਕੇ ਇਹਨਾਂ ਸਵਾਲ ਪੁੱਛਿਆ ਤਾਂ ਉੱਥੇ ਹੀ ਖਿੱਚ ਗਏ। ਅਤੇ ਇਹਨਾਂ ਨੂੰ ਮੈਂ ਇੱਕ ਸਵਾਲ ਕੀਤਾ, ਮੈਂ ਤੁਸੀਂ 2.5 ਸਾਲ ਹੋ ਗਏ ਸਾਡੇ ਪਿੰਡ 'ਚ ਨਹੀਂ ਗੇੜਾ ਮਾਰਿਆ, ਕਿਆ ਗਾ? ਕਹਿੰਦੇ 5 ਸਾਲ ਤਾਂ ਨਹੀਂ ਹੋ ਗਏ, ਉਲਟਾ ਸਾਨੂੰ ਇਹ ਜਵਾਬ ਦਿੰਦੇ ਆ ਵੀ ਹੁਣ ਜਿੱਦਾਂ 2.5 ਸਾਲ ਬੀਤ ਗਏ 5 ਸਾਲ ਵੀ ਉੱਦਾਂ ਹੀ ਬੀਤ ਜਾਣਗੇ, ਹੁਣ ਗੱਲਾਂ ਚੰਗੀਆਂ ਨੇ ਇਹਨਾਂ ਲਈ ਜਿਹੜੇ ਕਰਦੇ ਆ। ਵੀ ਤੁਸੀਂ ਪਹਿਲੀ ਵਾਰ 2.5 ਸਾਲ 'ਚ 2 ਸਾਲ 'ਚ ਪਹਿਲੀ ਵਾਰ ਸਾਡੇ ਪਿੰਡ ਆਏ? ਹਾਂਜੀ ਹਾਂਜੀ, 2 ਸਾਲ 'ਚ 2.5 ਸਾਲ ਹੋ ਗਏ ਲਗਭਗ, ਪਹਿਲੀ ਵਾਰ ਆਏ ਆ, ਫਿਰ ਉਲਟਾ ਜਵਾਬ ਦਿੰਦੇ ਆ ਵੀ 5 ਸਾਲ ਹੋ ਗਏ, ਵੀ 2.5 ਸਾਲ ਹੋਏ ਆ, 5 ਸਾਲ ਤਾਂ ਨਹੀਂ ਹੋ ਗਏ, ਜਿੱਦਾਂ ਹੁਣ 2.5 ਸਾਲ ਬੀਤ ਗਏ 5 ਸਾਲ ਹੋਰ ਬੀਤੇ ਜਾਣਗੇ। ਹਾਂਜੀ, ਨਹੀਂ ਵੈਸੇ ਜਦੋਂ ਚਿੱਟੇ ਵਾਲੀ ਤੁਸੀਂ ਦੱਸਦੇ ਕਿ ਤੁਸੀਂ ਜਿਹੜਾ ਨਸ਼ਾ ਕਰਦੇ ਸੀ 4 ਮੁੰਡੇ, ਤੁਸੀਂ ਉਹਨਾਂ ਨੂੰ ਚੱਕ ਕੇ ਹਸਪਤਾਲ ਦਾਖਲ ਕਰਾਇਆ ਸੀ? ਹਸਪਤਾਲ ਲਈ ਦਾਖਲ ਕਰਾਇਆ ਤਾਂ ਜੀ, ਦਰਅਸਲ ਗੱਲ ਇੱਦਾਂ ਦੀ, ਅਸੀਂ ਕ੍ਰਿਕਟ ਖੇਡਦੇ ਗਰਾਊਂਡ 'ਚ, ਉੱਥੇ ਸਰਿੰਜਾਂ ਪਈਆਂ ਤੀਆਂ ਅਤੇ ਉਹ ਅਤੇ ਸੂਈਆਂ ਜਿੱਦਾਂ ਲਾ ਕੇ ਸੱਟੀਆਂ ਤੀਆਂ ਬੰਦਿਆਂ ਨੇ, ਅਤੇ ਉਹ ਤੋਂ ਬਾਅਦ ਅਸੀਂ ਮਤਲਬ ਹਰਕਤ 'ਚ ਆਏ, ਫਿਰ ਉਹ ਤੋਂ ਹਫ਼ਤੇ ਬਾਅਦ ਬੰਦੇ ਕਾਬੂ ਕੀਤੇ, ਉਹ ਚੌਂਕੀ 'ਚ ਲੈ ਗਏ, ਚਲੋ ਉਹਨਾਂ ਕੋਲੋਂ 1 ਸਰਿੰਜ ਬਰਾਮਦ ਹੋਈ, ਅਤੇ ਉੱਥੇ ਚੌਂਕੀ ਚਾਰਜ ਨੇ ਕਹਿ ਦਿੱਤਾ ਵੀ ਇਹਨਾਂ ਕੋਲ ਕਿਹੜਾ ਕੋਈ ਚਿੱਟਾ ਜ਼ਿਆਦਾ ਬਰਾਮਦ ਹੋਇਆ ਆ, ਚਲੋ ਫਿਰ ਉਹਨਾਂ ਨੂੰ ਅਸੀਂ ਛਡਾ ਦਿੱਤੇ ਤੇ ਅਤੇ ਵੀ ਚਲੋ ਅਗਲੀ ਵਾਰ ਕਾਰਵਾਈ ਨਹੀਂ ਕਰਨਗੇ। ਅਤੇ ਉਸ ਮੁੱਦੇ 'ਤੇ ਮੈਂ ਉਹਨਾਂ ਸਵਾਲ ਪੁੱਛ ਲਿਆ ਵੀ ਅੱਜ ਚਿੱਟੇ ਬਾਰੇ ਤੁਸੀਂ ਕਹਿੰਦੇ ਆ, ਚਿੱਟਾ ਤਾਂ ਆਉਣ ਵੀ ਆ, ਫਿਰ ਉਲਟਾ ਕਹਿੰਦੇ ਤਾਂ 20 ਸਾਲ ਤੋਂ ਚੱਲਦਾ ਆ ਰਿਹਾ ਹੈ, ਅਤੇ CM ਸਾਹਿਬ ਨੇ ਸਾਨੂੰ ਇੱਦਾਂ ਕਿਹਾ ਤਾ ਵੀ 3 ਮਹੀਨੇ 'ਚ ਅਸੀਂ ਚਿੱਟਾ ਖਤਮ ਕਰਾਂਗੇ, ਕੇਜਰੀਵਾਲ ਸਾਹਿਬ ਵੀ ਬੈਠੇ ਤੇ ਵੀ 3 ਮਹੀਨੇ ਚਿੱਟਾ ਖਤਮ ਕਰਾਂਗੇ। ਸੋ ਹੁਣ ਚਿੱਟਾ ਤਾਂ ਖਤਮ ਨਹੀਂ ਹੋਇਆ, ਦਿਨ ਪਰ ਦਿਨ ਵੱਧਦਾ ਜਾਂਦਾ ਆ,
ਨਸ਼ੇ ਹੋਰ ਵੱਧਦੇ ਜਾਂਦੇ ਆ ਪਿੰਡ। ਜਦੋਂ ਤੁਸੀਂ ਸਵਾਲ ਕੀਤਾ ਕਿ ਤੁਸੀਂ ਚਿੱਟਾ ਬੰਦ ਕਰਨ ਨੂੰ ਕਹਿੰਦੇ ਸੀ, ਚਿੱਟਾ ਨਹੀਂ ਬੰਦ ਕੀਤਾ, ਤਾਂ ਉੱਪਰੋਂ MLA ਸਾਹਿਬ ਨੇ ਉਲਟਾ ਤੁਹਾਨੂੰ ਇਹ ਕਿਹਾ, ਕਹਿੰਦੇ ਵੀ ਚਿੱਟਾ ਤਾਂ 20 ਸਾਲ ਤੋਂ ਚੱਲ ਰਿਹਾ। ਹਾਂਜੀ ਹਾਂਜੀ, ਚਿੱਟਾ 20 ਸਾਲ ਤੋਂ ਚੱਲ ਰਿਹਾ, ਇੱਦਾਂ ਕਿਹਾ ਉਲਟਾ ਜਵਾਬ ਆ ਦਿੱਤਾ ਮੈਨੂੰ? ਨਹੀਂ, ਉਲਟਾ ਤੋਂ ਪਹਿਲਾਂ ਤਾਂ ਸ਼ਾਇਦ ਇਹ ਨਹੀਂ ਸੀ ਕਿਹਾ ਸੀ। ਨਹੀਂ ਨਹੀਂ ਇਹ ਨਹੀਂ ਕਿਹਾ ਸੀ, ਉਲਟਾ ਤਾਂ ਕਹਿੰਦੇ ਵੀ ਅਸੀਂ 3 ਮਹੀਨੇ ਚਿੱਟਾ ਬੰਦ ਕਰਾਂਗੇ, ਦੱਸੋ। ਅਤੇ ਹੁਣ ਇਹ ਜਵਾਬ ਮਿਲਦਾ ਕਹਿੰਦੇ ਵੀ ਨਸ਼ਾ ਤਾਂ 20 ਸਾਲ ਤੋਂ ਚੱਲ ਰਿਹਾ। ਨਸ਼ਾ 20 ਸਾਲ ਤੋਂ ਚੱਲ ਰਿਹਾ, ਕਹਿੰਦੇ ਤਾਂ ਪੁਰਾਣੀਆਂ ਸਰਕਾਰਾਂ ਤੋਂ ਚੱਲਦਾ ਆ ਰਿਹਾ ਹੈ। ਜੇ ਪੁਰਾਣੀਆਂ ਸਰਕਾਰਾਂ ਤੋਂ ਚੱਲਦਾ ਆ ਰਿਹਾ ਤਾਂ ਤੁਸੀਂ ਬੰਦ ਕਰਾਓ ਹੁਣ, ਅਸੀਂ ਥੋੜ੍ਹੀ ਕਰਾਉਣਾ। ਅਤੇ ਸਮਾਂ ਕਿ ਮੈਨੂੰ ਇਹ ਕਹਿੰਦੇ ਵੀ ਤੁਸੀਂ ਚੌਂਕੀ 'ਚ ਗਏ ਆ, ਮੇਰੇ ਕੋਲ ਮੋਰਿੰਡੇ ਦਫ਼ਤਰ 'ਚ ਕਦੇ ਨਹੀਂ ਆਏ। ਹੁਣ ਸਰ ਅਸੀਂ ਉੱਥੇ ਥੋੜ੍ਹੀ ਜਾਵਾਂਗੇ, ਆਪਣੇ ਚੌਂਕੀ ਇੰਚਾਰਜ 'ਚ ਜਾਵਾਂਗੇ। ਹੁਣ ਅਸੀਂ ਸਾਡੇ ਕੋਲ ਇੰਨਾ ਟਾਈਮ ਕਿੱਥੇ ਜੀ, ਜ਼ਿਮੀਂਦਾਰ ਬੰਦੇ ਹਾਂ ਅਸੀਂ, ਉੱਥੇ ਕਿੱਥੇ ਜਾਂਦੇ ਫਿਰਾਂਗੇ ਉਹਨਾਂ ਦੇ ਮਗਰ? ਨਾਲੇ ਬਿਲਕੁਲ, ਜਦੋਂ ਤੁਹਾਡਾ ਨੁਮਾਇੰਦਾ ਜਿਹੜੇ ਤੁਹਾਨੂੰ ਵੋਟਾਂ ਤੋਂ ਪਹਿਲਾਂ ਕਹਿੰਦੇ ਰਹੇ ਨੇ ਕਿ ਅਸੀਂ ਆਹ ਕਰਾਂਗੇ, ਚਲੋ ਨਹੀਂ ਕੀਤਾ, ਹੋ ਸਕਦਾ ਕੰਮ ਕਾਰ ਕਰਨ 'ਚ ਦੇਰੀ ਆ ਜਾਂਦੀ ਹੈ, ਦੇਰੀ ਹੋ ਜਾਂਦੀ ਹੈ, ਸਮਾਂ ਲੱਗ ਜਾਂਦਾ, ਪਰ ਐਟਲੀਸਟ ਸਵਾਲ ਤਾਂ ਬੰਦਾ ਕਰ ਹੀ ਸਕਦਾ ਨਾ ਜੀ। ਤੁਸੀਂ ਇਹ ਕਹਿੰਦੇ ਸੀ ਅਸੀਂ ਆਹ ਕਰ ਕੀਤਾ। ਹਾਂਜੀ, ਉਹ ਸਵਾਲ ਤਾਂ ਕਰੇ ਸਕਦਾ, ਅਤੇ ਮੈਨੂੰ ਕਹਿੰਦੇ ਤੂੰ ਚੁੱਪ ਕਰਕੇ ਉੱਥੇ ਸਾਈਡ 'ਤੇ ਖੜ, ਮੈਨੂੰ ਚੁੱਪ ਕਰਾਕੇ ਪਹਿਲਾਂ ਖੜਾਇਆ ਸਾਈਡ 'ਤੇ, ਬਾਅਦ 'ਚੋਂ ਕਹਿੰਦੇ ਉਹਨੂੰ ਗੱਡੀ ਚੱਕ ਕੇ ਸੁੱਟੋ, ਅਤੇ ਉਹ ਤੋਂ ਬਾਅਦ ਉਹਦੇ ਵਰਕਰਾਂ ਨੇ ਮੇਰੇ ਨਾਲ ਗਲਤ ਸ਼ਬਦ ਬਲੀ ਵਰਤੀ, ਮੈਨੂੰ ਗਾਲਾਂ ਵੀ ਕੱਢੀਆਂ ਬਹੁਤ। ਉਹ ਜਿਹੜੀਆਂ ਤੁਹਾਨੂੰ ਧੱਕਾ ਮੁੱਕੀ ਤੁਹਾਡੇ ਨਾਲ ਕਰਦੇ ਨੇ ਜਾਂ ਗਾਲਾਂ ਕੱਢਦੇ ਨੇ, ਉਹ ਵੀਡੀਓ ਵੀ ਤੁਹਾਡੇ ਕੋਲ ਹੈਗੀਆਂ ਨੇ? ਮੇਰੇ ਕੋਲ ਪਈਆਂ ਵੀਡੀਓਜ਼ ਪਈਆਂ ਆ, ਉਹ ਵੀ ਪਈਆਂ ਆ। ਹਾਂਜੀ, ਇਹੋ ਜਿਹਾ ਕੀ ਲੱਗਦਾ MLA ਸਾਹਿਬ ਨੂੰ, ਇਹ ਕਿਉਂ ਕਰਦੇ ਆ ਹੁਣ ਜਦੋਂ 2 ਸਾਲ ਹੋ ਗਏ ਕਹਿ ਰਹੇ ਸੀ ਤੁਸੀਂ, ਹਾਲਾਂਕਿ ਮੈਂ ਦੇਖਿਆ ਵੀਡੀਓ, ਤੁਸੀਂ ਕੁਛ ਵੀ ਗਲਤ ਬੋਲਿਆ ਨਹੀਂ, ਤੁਸੀਂ ਸਿਰਫ ਖੜੇ ਦੂਰ ਸਵਾਲ ਕਰ ਰਹੇ ਹੋ, ਤਾਂ ਕੀ ਲੱਗਦਾ ਫਿਰ MLA ਸਾਹਿਬ ਨੂੰ, ਕਿਉਂ ਦਿੱਕਤ ਕੀ ਆ ਸਵਾਲਾਂ ਤੋਂ? ਪਤਾ ਨਹੀਂ ਸਰ, ਜਾਂ ਤਾਂ ਇਹਨਾਂ ਦੇ ਸਰਕਾਰ ਖੁਦ ਚਿੱਟਾ ਪਕਾਉਂਦੀ ਆ, ਜਾਂ ਤਾਂ ਇਹ ਹੋ ਸਕਦਾ ਆ, ਜਾਂ ਕੰਮ ਤਾਂ ਹੁਣ ਇਹਨਾਂ ਦਾ ਹੁੰਦਾ ਨਹੀਂ ਕੋਈ, ਸਾਨੂੰ ਵੀ ਪਤਾ ਹੀ ਆ। ਅਤੇ ਆਪਣੇ ਹੁਣ ਰੇਤ ਮਾਫੀਆ ਦੀ ਗੱਲ ਕੀਤੀ ਇਹਨਾਂ ਨੇ ਕੱਲ੍ਹ, ਰੇਤ ਮਾਫੀਆ ਉੱਦਾਂ ਹੀ ਚੱਲਦਾ ਆ, ਕੋਈ ਹਰਕਤ 'ਚ ਨਹੀਂ ਆਉਂਦੇ। ਸਾਡੇ ਪਿੰਡਾਂ ਦਾ ਪਿੰਡ ਦੇਖ ਲਓ, ਦਰਿਆ ਦੇ ਨਾਲ ਜਾ ਕੇ ਰੇਤਾ ਖਾਲੀ ਕੀਤਾ ਪਿਆ ਆ, ਖੱਡਾਂ ਦੀਆਂ ਖੱਡਾਂ ਪਾਈਆਂ ਪਈਆਂ ਉੱਥੇ। ਨਹੀਂ ਬਾਈ, ਇਹ ਤਾਂ ਤੁਹਾਡੇ, ਮੈਂ ਅਸੀਂ ਤਾਂ ਜਦੋਂ ਇੱਧਰ ਤੁਹਾਡੇ ਰੋਪੜ ਚਮਕੌਰ ਸਾਹਿਬ ਵਾਲੇ ਏਰੀਏ 'ਚ ਆਉਂਦੇ ਹਾਂ, ਜਦੋਂ ਦੇਖਦੇ ਹਾਂ ਪਿੰਡਾਂ ਦੇ ਆਲੇ ਦੁਆਲਿਓਂ ਐਡੇ ਐਡੇ ਟੋਏ ਜਿਹੜੇ ਪੱਟੇ ਹੋਏ ਨੇ, ਅਸੀਂ ਤਾਂ ਮਤਲਬ ਇਸ ਗੱਲ ਤੋਂ ਵੀ ਹੈਰਾਨ ਆ ਵੀ ਤੁਹਾਡੇ ਲੋਕ ਕਿਵੇਂ ਚੁੱਪ ਬੈਠੇ ਨੇ। ਇਸ ਤਰੀਕੇ ਤੋਂ ਤੁਹਾਡੇ ਪਿੰਡ ਬਹਿ ਜਾਣਗੇ ਕਿਸੇ ਦਿਨ। ਉਹੀ ਗੱਲ ਹੈ, ਜੇ ਕੋਈ ਸਵਾਲ ਜਵਾਬ ਇਹਨਾਂ ਨੂੰ ਕਰਦਾ ਆ ਤਾਂ ਉਹਨਾਂ ਪਰ ਝੂਠੇ ਪਰਚੇ ਪਾਉਂਦੇ ਆ, ਅਤੇ ਤਾਂ ਨਹੀਂ ਕੋਈ, ਜੇ ਹੁਣ ਆਵਾਜ਼ ਕੋਈ ਚੱਕਦਾ ਆ ਤਾਂ ਉਹਨਾਂ ਦੇ ਘਰਾਂ ਪੁਲਿਸ ਭੇਜਦੇ ਆ, ਅਤੇ ਫਿਰ ਡਰ ਲੱਗਦਾ ਹੀ ਹੈ ਬੰਦੇ ਨੂੰ, ਤੁਹਾਨੂੰ ਆਪ ਪਤਾ ਹੈ ਮੌਜੂਦਾ ਸਰਕਾਰ ਕੁਛ ਵੀ ਕਰਾ ਸਕਦੀ ਹੈ ਜੀ। ਹੁਣ ਭਾਵੇਂ ਸਿੱਧੂ ਨਾਲ ਦੇਖ ਲਓ ਕਿੰਨਾ ਤਸ਼ੱਦਦ ਕਰਾਇਆ ਉਹਨਾਂ ਨੇ। ਅੱਛਾ, ਤੁਹਾਡੀ ਘਰੇ ਗੱਲ ਹੋਈ ਆ, ਜਿਵੇਂ ਤੁਸੀਂ ਵੀ ਘਰਦਿਆਂ ਨੇ ਦੱਸਿਆ, ਘਰੇ ਕਿੰਨੀ ਕੁ ਵਾਰ ਗੱਲ ਹੋਈ ਤੁਹਾਡੀ? ਹਾਂਜੀ, ਘਰਾਂ ਇੱਕ ਵਾਰੇ ਗੱਲ ਹੋਈ ਆ, ਉਹ ਤੋਂ ਬਾਅਦ ਨਹੀਂ ਗੱਲ ਹੋਈ ਮੇਰੀ। ਕੱਲ੍ਹ ਸ਼ਾਮ ਨੂੰ ਵੀ ਪੁਲਿਸ ਜਾਂਦੀ ਆ? ਨਹੀਂ, ਕੱਲ੍ਹ ਸ਼ਾਮ ਨੂੰ ਨਹੀਂ ਗਈ, ਅੱਜ ਹੀ ਗਈ ਆ, ਸਵੇਰੇ ਗਈ ਆ। ਅਤੇ ਉਹ ਤੋਂ ਬਾਅਦ ਕੱਲ੍ਹ ਦੀ ਘਟਨਾ 15 ਮਾਰਚ ਦੀ? ਹਾਂਜੀ ਹਾਂਜੀ, ਕੱਲ੍ਹ ਦੀ 2:30 ਵਜੇ ਦੀ ਘਟਨਾ ਹੈ, ਅਤੇ ਅੱਜ ਸਵੇਰੇ ਪੁਲਿਸ ਗਈ ਆ 11-12 ਵਜੇ ਦੇ ਕਰੀਬ ਮੇਰੇ ਹਿਸਾਬ ਨਾਲ। ਅਤੇ ਉਹ ਤੋਂ ਬਾਅਦ ਉਹ ਕਹਿ ਕੇ ਆਇਆ, ਕਹਿੰਦੇ ਮੁੰਡੇ ਨੂੰ ਚੌਂਕੀ ਭੇਜੋ ਜੀ। ਮੈਂ ਦੱਸੋ ਚੌਂਕੀ ਕਿਉਂ ਜਾਊਂਗਾ, ਮੇਰਾ ਕਿਹੜਾ ਕੋਈ ਗੁਨਾਹ ਆ ਉੱਥੇ ਸਵਾਲ ਜਵਾਬ ਕੀਤੇ ਕੋਈ, ਵੈਸੇ ਹੋਰ ਤਾਂ ਕੋਈ ਗੱਲ ਨਹੀਂ ਹੋਈ। ਜਿਸ ਤਰ੍ਹਾਂ ਤੁਸੀਂ ਹੁਣ ਲੁਕਦੇ ਫਿਰਦੇ ਹੋ, ਬਚਦੇ ਫਿਰਦੇ ਹੋ, ਗੁਨਾਹ ਤਾਂ ਤੁਸੀਂ ਕੋਈ ਕੀਤਾ ਨਹੀਂ, ਤਾਂ ਫਿਰ ਜੇ ਸਵਾਲ ਪੁੱਛਣ 'ਤੇ ਵੀ ਤੁਹਾਨੂੰ ਘਰੋਂ ਇਸ ਤਰ੍ਹਾਂ ਜਿਵੇਂ ਦੋਸ਼ੀਆਂ ਵਾਂਗੂ ਭਗੌੜਾ ਹੋ ਕੇ ਰਹਿਣਾ ਪਵੇ ਲੁੱਕ ਕੇ, ਤਾਂ ਫਿਰ ਕਿੰਨਾ ਕੁ ਚਿਰ, ਫਿਰ ਮੈਨੂੰ ਲੱਗਦਾ ਇਸ ਤਰੀਕੇ ਤਾਂ ਕੋਈ ਨਾ ਤਾਂ ਸਵਾਲ ਪੁੱਛੂਗਾ, ਤੁਸੀਂ ਵੀ ਕਿੰਨਾ ਕੁ ਚਿਰ ਭੱਜ ਕੇ ਰਹਿ ਲਉਂਗੇ? ਉਹੀ ਤਾਂ ਗੱਲ ਹੈ ਜੀ, ਅਸੀਂ ਕਿੰਨਾ ਕੁ ਚਿਰ ਭੱਜ ਕੇ ਰਹਿ ਸਕਦੇ ਹਾਂ। ਹੁਣ CM ਸਾਹਿਬ ਨੂੰ ਇਹੀ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਜੇ ਸਵਾਲ ਜਵਾਬ ਕੀਤੇ ਆ, ਤੁਸੀਂ ਆਪ ਇਹ ਕਹਿੰਦੇ ਵੀ ਸਵਾਲ ਜਵਾਬ ਕਰੋ, ਅਤੇ ਹੁਣ ਉਲਟਾ ਸਾਨੂੰ ਘਰੋਂ ਭਗੌੜੇ ਰਹਿਣੇ ਪੈਂਦਾ ਆ, ਜਿਵੇਂ ਦੋਸ਼ੀ ਹੁੰਦਾ ਆ ਕੋਈ ਸਾਡੇ ਪਰ ਪੁਲਿਸ ਭੇਜਦੇ ਆ ਘਰ, ਅਸੀਂ ਕਿਹੜਾ ਗੁਨਾਹ ਕੀਤਾ ਇਹ ਦੱਸੋ ਪਹਿਲਾਂ। ਵੈਸੇ ਤੁਸੀਂ ਐਂ ਤਾਂ ਨਹੀਂ, ਇਹ ਕੋਈ ਪੋਲੀਟੀਕਲੀ ਮੋਟੀਵੇਟਡ ਤਾਂ ਹੈ ਨਹੀਂ, ਇਹ ਤਾਂ ਨਹੀਂ ਤੁਸੀਂ ਕੋਈ ਅਕਾਲੀ ਜਾਂ ਕਾਂਗਰਸੀ ਹੋਵੋ, ਤੁਸੀਂ ਤਾਂ ਇਹ ਜਾਣ ਬੁੱਝ ਕੇ ਖੜਾ ਕੀਤਾ ਹੋਵੇ? ਨਹੀਂ ਨਹੀਂ, ਮੈਂ ਕਿਸੇ ਪਾਰਟੀਆਂ ਸੰਬੰਧ ਨਹੀਂ ਰੱਖਦਾ ਜੀ, ਮੇਰਾ ਕੋਈ ਵੀ ਇੱਦਾਂ ਦਾ ਹੈ ਨਹੀਂ ਗਾ ਪਾਰਟੀ ਨਾਲ ਜੀ। ਹਾਂਜੀ, ਨਹੀਂ ਤੁਸੀਂ ਕਹਿੰਦੇ ਮੈਂ CM ਸਾਹਿਬ ਦਾ ਮੈਂ ਸੁਣਦਾ ਰਿਹਾ ਉਹਨਾਂ ਨੂੰ, ਉਹ ਤਾਂ ਮੈਂ ਸੁਣਦਾ ਰਿਹਾ ਵੀ ਚਲੋ ਬਦਲਾਅ ਕਰਕੇ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ, ਹੁਣ ਵੀ ਬਦਲਾਅ ਆਊਗਾ। ਜਿਨ੍ਹਾਂ ਨੂੰ ਵੋਟਾਂ ਪਾਈਆਂ ਸੀ ਜੋ ਹੀ ਸਵਾਲ ਪੁੱਛਣ ਦੇ ਧਮਕਾਉਣ ਲੱਗ ਗਏ? ਹਾਂ, ਸਵਾਲ ਪੁੱਛਣ ਦੇ ਘਬਰਾਉਣ ਲੱਗ ਗਏ, ਉਲਟਾ ਗੱਲ ਪੈਂਦੇ ਆ ਸਾਡੇ ਜੇ ਸਵਾਲ ਜਵਾਬ ਪੁੱਛੀ ਉਹਨਾਂ ਨੂੰ, ਉਲਟਾ ਚੁੱਪ ਕਰਾਉਂਦੇ ਆ ਸਾਨੂੰ ਅੱਗੇ। ਤੇ ਤੁਹਾਡੇ ਕੋਲ ਨੰਬਰ ਹੈਗਾ ਡਾਕਟਰ ਸਾਹਿਬ ਦਾ? ਡਾਕਟਰ ਸਾਹਿਬ ਨਾਲ ਗੱਲਬਾਤ ਕਰ ਲਈਏ? ਨਹੀਂ, ਡਾਕਟਰ ਦਾ ਨੰਬਰ ਨਹੀਂ ਮੇਰੇ ਕੋਲ, ਕਿਉਂਕਿ ਮੈਂ ਕਿਹੜਾ ਨਾ ਪਾਰਟੀਆਂ ਸੰਬੰਧ ਰੱਖ ਦਿੱਤਾ ਜੀ। ਹਾਂਜੀ, ਇਹਨਾਂ ਦਾ ਨੰਬਰ ਨਹੀਂ ਹੈਗਾ ਮੇਰੇ ਕੋਲ ਕੋਈ। ਕੋਸ਼ਿਸ਼ ਕਰੂੰਗਾ ਜੀ, ਡਾਕਟਰ ਸਾਹਿਬ ਦਾ ਨੰਬਰ ਮਿਲਦਾ ਉਹਨਾਂ ਦੇ ਪੇਜ ਤੋਂ ਜਾਂ ਕਿਤੋਂ ਵੀ। ਤਾਂ ਡਾਕਟਰ ਸਾਹਿਬ ਦੇ
MLA ਚਮਕੌਰ ਸਾਹਿਬ ਡਾਕਟਰ ਚਰਨਜੀਤ ਸਿੰਘ ਦੇ ਫੇਸਬੁੱਕ ਪੇਜ ਤੋਂ ਸਾਨੂੰ ਇਹ ਨੰਬਰ ਮਿਲਿਆ 9815-60-112 ਇਹ ਨੰਬਰ ਦਿੱਤਾ ਹੋਇਆ ਉਹਨਾਂ ਨੇ ਆਪਣੇ ਫੇਸਬੁੱਕ ਪੇਜ 'ਤੇ, ਪਬਲਿਕ ਨੰਬਰ ਆ ਇਹ। ਅਤੇ ਇਸ 'ਤੇ ਗੱਲਬਾਤ ਕਰਦੇ ਹਾਂ ਕਿ ਕੱਲ੍ਹ ਅਸਲ ਦੇ ਵਿੱਚ ਹੋਇਆ ਕੀ ਸੀ। ਤਾਂ ਇੱਕ ਪੱਖ ਆ, ਤਾਂ ਆਪਾਂ ਜਾਂ ਵੀਡੀਓ ਦੇਖੀ ਜਾਂ ਇਸ ਬਾਈ ਦੀ ਗੱਲਬਾਤ ਸੁਣੀ, ਤਾਂ ਦੂਜਾ ਪੱਖ ਲੈਣਾ ਵੀ ਜ਼ਰੂਰੀ ਆ ਕਿ ਡਾਕਟਰ ਸਾਹਿਬ ਕੀ ਕਹਿੰਦੇ ਨੇ। ਤਾਂ ਕਾਲ ਇਸ ਵੇਲੇ ਆਪਾਂ MLA ਸਾਹਿਬ ਨੂੰ ਕਰ ਰਹੇ ਹਾਂ। ਹੈਲੋ, MLA ਡਾਕਟਰ ਚਰਨਜੀਤ ਸਿੰਘ ਜੀ ਨਾਲ ਗੱਲ ਹੋ ਰਹੀ ਹੈ ਜੀ? ਡਾਕਟਰ ਸਾਹਿਬ, ਮੈਂ ਗਗਨਦੀਪ ਸਿੰਘ ਗੱਲ ਕਰ ਰਿਹਾ ਜੀ ਅੱਖਰ ਚੈਨਲ ਤੋਂ। MLA ਸਾਹਿਬ, ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ ਇਸ ਵੇਲੇ, ਮੈਂ ਤੁਹਾਨੂੰ ਰਿਕਾਰਡ ਕਰ ਰਿਹਾ ਜੀ, ਮੈਂ ਤੁਹਾਡਾ ਪੱਖ ਲੈਣਾ ਚਾਹੁੰਦਾ ਉਸ ਖਬਰ 'ਤੇ। ਹੈਲੋ ਡਾਕਟਰ ਸਾਹਿਬ, ਮੈਂ ਤੁਹਾਡਾ ਉਸ ਖਬਰ 'ਤੇ ਪੱਖ ਲੈਣਾ ਚਾਹੁੰਦਾ। ਕੱਲ੍ਹ ਇੱਕ ਵੀਡੀਓ ਵਾਇਰਲ ਹੋਈ ਹੈ ਜੀ, ਇੱਕ ਨੌਜਵਾਨ ਤੁਹਾਨੂੰ ਸਵਾਲ ਕਰਦਾ ਸੀ ਜਿਸ ਦੇ ਵਿੱਚ ਕੋਈ ਸਵਾਲ ਨਹੀਂ ਕੀਤਾ, ਉਹ ਤਾਂ ਮੀਟਿੰਗ ਖਰਾਬ ਕਰਨ ਦੀ ਗੱਲ ਕਰਦੇ ਸੀ। ਅੱਛਾ ਜੀ, ਉਹ ਨੌਜਵਾਨ ਦਾ ਜਿੱਥੋਂ ਸਾਨੂੰ ਪਤਾ ਲੱਗਿਆ ਕਿ ਉਹ ਕਹਿ ਰਿਹਾ ਕਿ ਚਿੱਟੇ ਦੇ ਬਾਰੇ ਮੈਂ ਸਵਾਲ ਪੁੱਛਿਆ ਸੀ ਕਿ ਚਿੱਟਾ ਕਿਉਂ ਨਹੀਂ ਬੰਦ ਹੋਇਆ, ਤੇ ਤੁਸੀਂ ਕਿਹਾ ਵੀ ਚਿੱਟਾ ਤਾਂ 20 ਸਾਲ ਤੋਂ ਚੱਲ ਰਿਹਾਗਾ। ਆਹੋ, ਮੈਂ ਇਹ ਕਿਹਾ ਵੀ ਚਿੱਟਾ ਤਾਂ 20 ਸਾਲ ਤੋਂ ਚੱਲ ਰਿਹਾ, ਤੁਹਾਡੀ ਗੱਲ ਮੈਂ ਸੁਣਦਾ, ਮੈਨੂੰ ਮੀਟਿੰਗ ਕਰ ਲੈਣ ਦਿਓ ਜੀ। ਉਸ ਬੰਦੇ ਨੂੰ ਮੈਂ ਕਿਹਾ ਵੀ ਮੈਨੂੰ, ਮੈਂ ਤੁਹਾਡੀ ਗੱਲ ਸੁਣਦਾ ਜੀ, ਮੈਨੂੰ ਪਹਿਲਾਂ ਆਪਣੀਆਂ ਇੱਥੇ ਪਿੰਡ 'ਚ ਆਏ ਆ, ਤੇ ਇਹ ਵਿਰੋਧੀਆਂ ਦਾ ਕਾਂਗਰਸ ਪਾਰਟੀ ਦਾ ਬੰਦਾ ਭੇਜਿਆ ਹੋਇਆ ਸੀ, ਉਹ ਸਾਰਾ ਪਤਾ ਲੱਗ ਗਿਆ। ਅੱਛਾ ਜੀ। ਤੇ ਉਹਨੂੰ ਉਹ ਪਹਿਲਾਂ ਮੇਰੇ ਕੋਲ ਖੜਾ ਸੀ, ਜਿੱਥੇ ਮੈਂ ਖੜਾ ਜਿੱਥੇ ਦੇਖ ਰਹੇ ਹੋ ਵੀਡੀਓ 'ਚ ਜੀ ਜੀ। ਉਹਨੂੰ ਮੈਂ ਕਿਹਾ ਵੀ 2 ਮਿੰਟ ਤੂੰ ਰੁਕ ਜੀ, ਤੇ ਉਹ ਪਿੱਛੇ ਹੋ ਕੇ ਫਿਰ ਸਾਹਮਣੇ ਆ ਗਿਆ ਜੀ। ਮਤਲਬ ਹੀ ਡਿਡਨਟ ਵੇਟ ਫੋਰ ਮੀ ਟੂ ਸੇ ਸਮਥਿੰਗ। ਓਕੇ। ਉਹਨੇ ਸਾਰੀ ਮੀਟਿੰਗ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਮੈਂ ਹੁਣ SHO ਉੱਥੇ ਭੇਜ ਕੇ ਪਤਾ ਕੀਤਾ ਜੀ, ਉਹਨਾਂ ਦੇ ਸਾਰੇ ਪੇਰੈਂਟਸ ਨੂੰ ਵੀ ਮਿਲੇ ਜੀ, ਪੁਲਿਸ ਵਾਲੇ ਗਏ, ਉਹ ਕਹਿੰਦੇ ਦੱਸੋ ਜੀ ਕੀ ਪ੍ਰੋਬਲਮ ਹੈ, ਉਹ ਕਹਿੰਦੇ ਕੋਈ ਪ੍ਰੋਬਲਮ ਨਹੀਂ। ਹਾਂਜੀ, ਮੁੰਡਿਆਂ ਦਾ ਦਿਮਾਗ ਖਰਾਬ ਹੋ ਜਾਂਦਾ, ਕਹਿੰਦੇ ਕਈ ਵਾਰੀ ਕੀ ਕਰੀਏ। ਅੱਛਾ, ਉਹਨਾਂ ਦੇ ਮਾਪਿਆਂ ਨੂੰ ਪਤਾ ਲੱਗਿਆ ਕਿ ਇਹ ਜਿਹੜਾ ਕਾਂਗਰਸ ਪਾਰਟੀ ਦਾ ਭੇਜਿਆ ਹੋਇਆ ਪਲਾਂਟਡ ਸੀਗਾ ਵੀ ਇਹ ਮੀਟਿੰਗ ਖਰਾਬ ਕੀਤੀ ਜਾਵੇ। ਠੀਕ ਹੈ ਜੀ। ਤਾਂ ਮੈਲੇ ਸਾਹਿਬ, ਪੁਲਿਸ ਕਿਉਂ ਗਈ ਸੀ ਉਹਨਾਂ ਦੇ ਘਰੇ? ਪੁਲਿਸ ਤਾਂ ਮੈਂ ਭੇਜੀ ਸੀ, ਪਤਾ ਕਰੋ ਕੋਈ ਵੀ ਐਕਚੁਅਲੀ ਕੋਈ ਗੱਲ ਹੈ ਕਿ ਨਹੀਂ। ਹਾਂਜੀ ਬਈ, ਐਕਚੁਅਲੀ ਕੋਈ ਗੱਲ ਹੈਗੀ ਆ, ਉਹ ਜੋ ਕਹਿ ਰਿਹਾ ਉਹਦੇ 'ਚ ਦਮ ਹੈ। ਨਹੀਂ, ਉਹ ਨੌਜਵਾਨ ਕਹਿੰਦਾ ਸੀ 4 ਮੁੰਡੇ ਚੱਕੇ ਸੀ ਜਿਹੜੇ ਨਸ਼ਾ ਕਰਦੇ ਸੀ, ਟੀਕੇ ਲਾਉਂਦੇ ਸੀ, ਉਹ ਕਹਿੰਦੇ ਸਾਡੇ ਕੋਲ ਵੀਡੀਓਸ ਨੇ, ਇਸੇ ਲਈ ਤਾਂ ਮੈਂ ਭੇਜੀ ਪੁਲਿਸ। ਹਾਂਜੀ, ਵੀ ਪਤਾ ਕਰੋ ਵੀ, ਉਹ ਤੋਂ ਪੁੱਛੋ ਵੀ ਕਿਹੜੇ ਨੌਜਵਾਨ ਨੇ ਦੱਸਣ, ਉਹਦੇ ਘਰ ਵੀ ਗਏ, ਉਹਨਾਂ ਨੇ ਸਾਫ਼ ਕਹਿੰਦੇ ਜੀ ਸਾਡੇ ਤਾਂ ਕੋਈ ਪ੍ਰੋਬਲਮ ਹੀ ਹੈ ਨਹੀਂ ਇੱਥੇ। ਅੱਛਾ ਜੀ। ਹੀ ਜਸਟ ਵਾਂਟਡ ਟੂ ਡਿਸਟਰਬ, ਜਿਵੇਂ ਕਾਂਗਰਸੀ ਵਿਧਾਨ ਸਭਾ ਨਹੀਂ ਚੱਲਣ ਦਿੰਦੇ, ਹਾਂਜੀ ਏਦਾਂ ਹੀ ਉਹ ਆਮ ਪਾਰਟੀ ਦੀਆਂ ਮੀਟਿੰਗਾਂ 'ਚ ਰੌਲਾ ਪਾਉਂਦੇ। MLA ਸਾਹਿਬ, ਇਹ ਤਾਂ ਨਹੀਂ ਹੈ ਕੋਈ ਪੁਲਿਸ ਗਈ ਕਿਉਂਕਿ ਉਹ ਨੌਜਵਾਨ ਕਹਿ ਰਿਹਾ ਸੀ, ਹੋ ਸਕਦਾ ਮੇਰੇ ਤੇ ਕੋਈ ਪਰਚਾ ਕਰਵਾ ਦੇਣ ਝੂਠਾ? ਨਹੀਂ, ਪਰਚਾ ਤਾਂ ਜੇ ਹੋਇਆ ਹੁੰਦਾ ਸਾਹਮਣੇ ਆ ਜਾਣਾ ਸੀ। ਠੀਕ ਹੈ ਜੀ। ਮੈਂ ਨਾ ਇਨਕੁਆਇਰੀ ਲਈ ਭੇਜਿਆ ਵੀ ਚਲੋ ਐਨੀਵੇ, ਉਦੋਂ ਟਾਈਮ ਨਹੀਂ ਹੁੰਦਾ ਕਿਉਂਕਿ 10 ਪਿੰਡ ਹੁੰਦੇ ਆ। ਠੀਕ ਹੈ ਜੀ। ਅਸੀਂ 10-10 ਪਿੰਡ ਰੋਜ਼ ਕਰਦੇ ਆ, ਤਾਂ ਉਦੋਂ ਇੰਨਾ ਸਮਾਂ ਨਹੀਂ ਹੁੰਦਾ ਕਿ ਹਰੇਕ ਦੀ ਗੱਲ ਸੁਣੀ ਜਾਵੇ। ਵੈਸੇ MLA ਸਾਹਿਬ, ਤੁਹਾਡੇ ਹਲਕੇ ਦੇ ਵਿੱਚ ਚਿੱਟੇ ਦੀ ਕੋਈ ਹੈਗੀ ਸਮੱਸਿਆ? ਨਹੀਂ ਜੀ, ਨਹੀਂ, ਐਸੀ ਕੋਈ ਗੱਲ ਨਹੀਂ ਹੈ। ਤੁਹਾਡੇ ਹਲਕੇ ਚੋਂ ਚਿੱਟਾ ਸਭ ਤੋਂ ਸ਼ਾਂਤ ਹਲਕਾ ਅਗਰ ਕੋਈ ਪੰਜਾਬ 'ਚ ਹੈਗਾ, ਉਹ ਤਾਂ ਚਮਕੌਰ ਸਾਹਿਬ ਹੈ ਅੱਜ ਦੀ ਤਾਰੀਖ 'ਚ। ਪਹਿਲਾਂ ਸੀਗਾ ਇੱਥੇ ਬਹੁਤ ਨਸ਼ਾ ਚੱਲਿਆ ਜੀ, ਜਿਹੜੇ ਸਾਬਕਾ ਇੱਥੇ ਪਹਿਲਾਂ MLA ਹੋਏ ਹੈ ਜੀ, ਕੈਬਨਿਟ ਮੰਤਰੀ ਵੀ ਰਹੇ, ਸਭ ਮੁੱਖ ਮੰਤਰੀ ਵੀ ਰਹੇ ਜੀ, ਉਹਨਾਂ ਵੱਲੋਂ ਸਾਰੇ ਹੀ ਇੱਥੇ ਉਹਨਾਂ ਦੀ ਟੀਮ ਵੱਲੋਂ ਮਾਫੀਆ ਚਲਾਏ ਗਏ, ਰੇਤਾ ਮਾਫੀਆ, ਨਸ਼ੇ ਵੀ ਚੱਲਦੇ ਰਹੇ। ਠੀਕ ਹੈ ਜੀ। ਲੇਕਿਨ ਹੁਣ ਬਹੁਤ ਸ਼ਾਂਤੀ ਆ,
ਠੀਕ ਹੈ ਜੀ, ਬੜਾ ਪਵਿੱਤਰ। ਹੁਣ ਤੁਹਾਡੇ ਹਲਕੇ ਦੇ ਵਿੱਚੋਂ ਚਿੱਟਾ ਬਿਲਕੁਲ ਖਤਮ ਆ ਜੀ, ਤੁਸੀਂ ਕਹਿੰਦੇ ਹੋ। ਨਹੀਂ ਦੇਖੋ ਮੈਂ, ਤੁਸੀਂ ਜੇ ਕਹੋ ਵੀ ਬਿਲਕੁਲ ਖਤਮ ਹੈ, ਬਹੁਤ ਮਤਲਬ ਮੈਂ ਕਦੇ ਇੰਸੀਡੈਂਟ ਕੋਈ ਦੇਖੀ ਨਹੀਂ ਏਦਾਂ ਦੀ ਜੀ, ਤੇ ਮੈਂ ਸਪੈਸ਼ਲੀ ਪੁਲਿਸ ਵੀ ਇਸੇ ਲਈ ਭੇਜੀ ਸੀ ਵੀ ਜਾਓ ਪਤਾ ਕਰੋ ਜੀ ਜੀ, ਹੁਣ ਉਹ ਦੱਸਣ ਵੀ ਹਾਂ ਸਾਨੂੰ ਵੀ ਕੌਣ ਵੇਚਦਾ, ਲੇਕਿਨ ਨਿਕਲਿਆ ਕੁਛ ਨੀ ਉਹਦੇ ਚ। ਠੀਕ ਹੈ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਪੱਖ ਰੱਖਿਆ, ਸ਼ੁਕਰੀਆ ਜੀ ਜੀ ਜੀ। ਤਾਂ ਡਾਕਟਰ ਚਰਨਜੀਤ ਸਿੰਘ ਨਾਲ ਵੀ ਗੱਲਬਾਤ ਕੀਤੀ, ਉਹਨਾਂ ਨੇ ਵੀ ਆਪਣਾ ਪੱਖ ਰੱਖਿਆ। ਤਾਂ ਬਾਈ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ, ਉਹ ਕਹਿੰਦੇ ਮੈਂ ਪੁਲਿਸ ਕੋਈ ਡਰਾਉਣ ਵਾਸਤੇ ਜਾਂ ਪਰਚਾ ਕਰਨ ਵਾਸਤੇ ਨਹੀਂ ਭੇਜੀ, ਉਹ ਕਹਿੰਦੇ ਸਿਰਫ ਵੈਰੀਫਾਈ ਕਰਾਉਣਾ ਸੀ ਕਿ ਉਹ ਮੁੰਡੇ ਨੂੰ ਪੁੱਛੋ ਵੀ ਸਮੱਸਿਆ ਕੀ ਹੈ। ਉਹਨਾਂ ਦੇ ਘਰਦਿਆਂ ਨੂੰ ਪੁੱਛਿਆ, ਕਹਿੰਦੇ ਕੋਈ ਸਮੱਸਿਆ ਨਹੀਂ, ਇਹੋ ਜਿਹਾ ਕੁਛ ਹੈ ਨਹੀਂ। ਅਤੇ ਤੁਸੀਂ, ਉਹ ਕਹਿੰਦੇ ਕਾਂਗਰਸ ਪਾਰਟੀ ਦਾ ਪਲਾਂਟਡ ਬੰਦਾ ਹੈ। ਨਹੀਂ ਸਰ, ਮੇਰਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ, ਤੁਹਾਨੂੰ ਪਹਿਲੇ ਵੀ ਦੱਸਿਆ ਮੈਂ। ਅਤੇ ਇਹ ਕਹਿੰਦੇ ਘਰਦਿਆਂ ਨੂੰ, ਘਰਦਿਆਂ ਨੂੰ ਕੁਝ ਨਹੀਂ ਪਤਾ ਹੈਗਾ ਕਿਉਂਕਿ ਮੈਂ ਬਾਹਰ ਰਹਿੰਦਾ ਹਾਂ, ਘਰ 'ਤੇ ਤੋਂ ਘਰਾਂ ਬਾਹਰ ਗੱਲ ਹੋਈ ਹੈ ਇਹ। ਅਤੇ ਜਿਹੜੇ ਚਿੱਟੇ ਦੀ ਗੱਲ ਕਰਦੇ ਆ, ਮੇਰੇ ਕੋਲ ਵੀਡੀਓ ਪਈ ਹੈ, ਹੁਣ ਅਸੀਂ ਮੁੰਡੇ ਚੌਂਕੀ 'ਚ ਲੈ ਗਏ ਤੇ ਅਤੇ ਉਲਟਾ ਉੱਥੇ ਚੌਂਕੀ ਸਾਨੂੰ ਇਹ ਕਿਹਾ ਗਿਆ ਵੀ ਇਹਨਾਂ ਨੂੰ 5 ਗ੍ਰਾਮ ਇਹਨਾਂ ਕੋਲ ਚਾਹੀਦਾ ਚਿੱਟਾ, ਤਾਂ ਇਹਨਾਂ 'ਤੇ ਪਰਚਾ ਬਣਦਾ ਆ। ਉਹ ਸਮਾਂ ਕੇ ਟੀਕਾ ਲਾਉਂਦੇ ਅਤੇ ਮੇਰੇ ਕੋਲ ਉਹੀ ਵੀਡੀਓ ਪਈ ਆ, ਤੁਹਾਨੂੰ ਮੈਂ ਦੇ ਵੀ ਦਊਂਗਾ ਸਬੂਤ ਦੇ ਤੌਰ 'ਤੇ। ਅਤੇ ਡਾਕਟਰ ਸਾਹਿਬ ਕਹਿੰਦੇ ਵੀ ਚਿੱਟਾ ਹੈ ਨਹੀਂ ਗਾ, ਚਿੱਟਾ ਬਹੁਤ ਵੱਧ ਚੁੱਕਿਆ ਆ। ਉਹ ਤਾਂ ਜਿਹੜੇ ਲਾਉਂਦੇ ਨੇ ਉਹ ਤਾਂ ਵਿਕਟਮ ਨੇ ਨਾ, ਉਹ ਤਾਂ ਤਰਸ ਦੇ ਪਾਤਰ ਨੇ, ਉਹਨਾਂ ਨੂੰ ਤਾਂ ਸੁਧਾਰਿਆ ਜਾ ਸਕਦਾ, ਕਿਉਂਕਿ ਅਸਲ ਦੇ ਵਿੱਚ ਗੱਲ ਕੀ ਸੀ, ਵੀਡੀਓ ਉਹਨਾਂ ਦੇ ਨਾਲ ਨਹੀਂ, ਵੇਚਦਾ ਕੋਈ ਤੁਹਾਡੇ ਹਲਕੇ 'ਚ, ਤੁਹਾਡੇ ਪਿੰਡ 'ਚ ਕਿਹੜਾ ਬੰਦਾ ਸਪਲਾਈ ਕਰਦਾ ਐਮ ਐਲ ਏ ਸਾਹਿਬ ਕੋਲ? ਤੁਸੀਂ ਕਹਿੰਦੇ ਮੈਂ ਤਾਂ ਵੈਰੀਫਾਈ ਕਰਨ ਲਈ ਭੇਜਿਆ ਸੀ, ਤੁਸੀਂ ਜਿਹੜੇ ਬੰਦੇ ਹੈਗੇ ਨੇ ਐਮ ਐਲ ਏ ਸਾਹਿਬ ਨੂੰ ਨਾਂ ਦੱਸੋ, ਲਿਸਟ ਦੱਸੋ ਕਹਿੰਦੇ। ਅਤੇ ਸਰ ਲਿਸਟ ਦਾ ਕੱਲ੍ਹ ਇਹਨਾਂ ਦਾ ਖੁਦ ਵਰਕਰ ਕਹਿੰਦਾ ਸੀ ਅਤੇ ਆਇਆ, ਤਾਂ ਸਰਦਾਰ ਜਿਹਾ ਬੰਦਾ, ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ, ਉਹ ਨਾਲ ਆਏ ਅਤੇ ਉਹ ਖੁਦ ਕਹਿੰਦੇ ਤੇ ਵੀ ਸਾਨੂੰ ਪਤਾ ਹੈ ਵੀ ਚਿੱਟਾ ਕੌਣ ਵੇਚਦਾ, ਜੇ ਉਹਨਾਂ ਨੂੰ ਪਤਾ ਹੈ ਤਾਂ ਉਹ ਫੜਨ ਕੌਣ ਵੇਚਦਾ ਚਿੱਟਾ, ਸਮਾਂ ਕੇ ਜੇ ਪਤਾ ਆ ਤਾਂ ਫਿਰ ਇਹ ਖੁਦ ਆਪ ਬਕਾਉਂਦੇ ਆ। ਉਸ ਜਿਹੜਾ ਬੰਦਾ ਤੁਸੀਂ ਕਹਿੰਦੇ ਹੋ ਕਿ ਇਹਨਾਂ ਦਾ ਵਰਕਰ ਕਹਿੰਦਾ ਸੀ, ਉਸ ਬੰਦੇ ਦਾ ਨਾਂ ਨੰਬਰ ਪਤਾ ਕਰਕੇ ਐਮ ਐਲ ਏ ਸਾਹਿਬ ਨੂੰ ਦੱਸੋ, ਕਹਿੰਦੇ ਅਸੀਂ ਕਾਰਵਾਈ ਕਰਾਵਾਂਗੇ। ਹਾਂਜੀ, ਉਹ ਮੈਂ ਕੱਲ੍ਹ ਉੱਥੇ ਹੀ ਤੇ ਡਾਕਟਰ ਸਾਹਿਬ ਉਹਨਾਂ ਦੇ ਸਾਹਮਣੇ ਇਹ ਗੱਲ ਹੋਈ ਹੈ। ਉਹ ਕਹਿੰਦੇ ਵਿਰੋਧੀ ਸਾਡੀਆਂ ਮੀਟਿੰਗਾਂ ਖਰਾਬ ਕਰਨ ਦੇ ਮਾਰੇ ਕਰਦੇ ਆ। ਨਹੀਂ ਨਹੀਂ, ਮੇਰਾ ਕੋਈ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈਗਾ ਇਦਾਂ ਦਾ ਜੀ। ਹਾਂਜੀ ਵੈਸੇ ਐਮ ਐਲ ਏ ਸਾਹਿਬ ਨੇ ਤੁਹਾਡੇ ਸਾਹਮਣੇ ਫੋਨ 'ਤੇ ਕਹੀ ਦਿੱਤਾ, ਉਹ ਕਹਿੰਦੇ ਕਿਸੇ ਤਰੀਕੇ ਦਾ ਕੋਈ ਪਰਚਾ ਨਹੀਂ, ਕੁਛ ਨਹੀਂ ਇਹਨਾਂ 'ਤੇ ਹੋਊਗਾ। ਹਾਂਜੀ, ਉਹ ਤਾਂ ਚਲੋ ਹੁਣ ਬਾਅਦ 'ਚ ਕਿਆ ਪਤਾ, ਹੁਣ ਭਾਨੇ ਸਿੱਧੂ ਦੇ ਘਰਾਂ ਪਹਿਲਾਂ ਪੁਲਿਸ ਭੇਜਦੇ ਰਹੇ ਹਾਂ, ਬਾਅਦ 'ਚੋਂ ਪਰਚਾ ਬਣਾਉਂਦੇ ਰਹੇ ਹਾਂ। ਹਾਂਜੀ, ਇਹ ਗੱਲਾਂ ਆ। ਅਤੇ ਮੈਂ ਕੋਈ ਪਬਲਿਸਿਟੀ ਵਗੈਰਾ ਲਈ ਇਹਦੇ ਲਈ ਨਹੀਂ ਉਹ ਕੀਤਾ, ਇਹਨਾਂ ਨੂੰ ਸਮਾਂ ਕੇ ਸਵਾਲ ਹੀ ਪੁੱਛੇ ਤੇ, ਅਤੇ ਉਲਟਾ ਇਹਨਾਂ ਮੈਂ ਨੌਕਰੀ ਬਾਰੇ ਪੁੱਛਿਆ, ਇਹ ਕਹਿੰਦੇ ਇੰਜੀਨੀਅਰ ਕੀਤੀ ਹੈ ਕਿਸੇ ਨੇ, ਜਦ ਇਹ ਕਹਿੰਦੇ ਤੇ ਵੀ ਕਿਸੇ ਨੂੰ ਜੰਗਲਾਤ ਮਹਿਕਮੇ 'ਚ ਕਿਸੇ ਨਹਿਰੀ ਵਿਭਾਗ 'ਚ ਦੇਵਾਂਗੇ ਨੌਕਰੀਆਂ, ਉੱਥੇ ਨੌਕਰੀ ਕੋਈ ਮਿਲਦੀ ਨਹੀਂ ਸਾਡੇ। ਅਸੀਂ 42,000 ਨੌਕਰੀਆਂ ਦਿੱਤੀਆਂ ਸਾਡੇ ਹਲਕੇ 'ਚ, ਮੈਂ ਕਹਿੰਦਾ 2-4 ਪਿੰਡ ਜਿਹੜੇ ਨਾਲ ਦੇ ਉੱਥੇ ਕਿਸੇ ਨੂੰ ਨਹੀਂ ਮਿਲੀ ਹਾਲੇ ਤੱਕ। ਹੋ ਸਕਦਾ ਉੱਥੇ ਤੁਹਾਡੇ ਹਲਕੇ 'ਚ ਕੋਈ ਕਾਬਲ ਬੰਦਾ ਨਾ ਹੋਵੇ, 2-4 ਪਿੰਡਾਂ ਦੇ ਬਥੇਰੇ ਆ ਜੀ, ਕਾਬਲ ਲਿਆਉਂਗੇ 1-2 ਹੈਗੇ, ਮਤਲਬ ਜਿੰਨੇ ਕੁ ਵੀ ਹੈਗੇ ਆ ਪੜ੍ਹੇ ਲਿਖੇ ਹੈਗੇ ਆ, ਕੀਤੀਆਂ ਕਈਆਂ ਨੇ ਡਿਗਰੀਆਂ ਕੀਤੀਆਂ, ਉਹ ਸਮਾਂ ਕਿ ਇੱਦਾਂ ਬੇਰੁਜ਼ਗਾਰ ਫਿਰਦੇ ਆ। ਸੋ ਗੱਲਬਾਤ ਤੁਸੀਂ ਸੁਣੀ ਇਹਨਾਂ ਬਾਈ ਨਾਲ ਵੀ, ਜਿਹੜੇ ਕੱਲ੍ਹ ਉਸ ਪਿੰਡ ਦੇ ਵਿੱਚ ਮੌਜੂਦ ਸੀ, ਜਿਹੜੇ ਕਹਿੰਦੇ ਮੈਂ ਡਾਕਟਰ ਸਾਹਿਬ ਨੂੰ ਚਿੱਟੇ 'ਤੇ ਸਵਾਲ ਕੀਤੇ ਨੇ। ਪਰ ਦੂਜੇ ਪਾਸੇ ਡਾਕਟਰ ਚਰਨਜੀਤ ਸਿੰਘ ਐਮ ਐਲ ਏ ਚਮਕੌਰ ਸਾਹਿਬ ਦਾ ਪੱਖ ਵੀ ਤੁਸੀਂ ਸੁਣਿਆ, ਉਹ ਕਹਿੰਦੇ ਵਿਰੋਧੀ ਨੇ ਖਰਾਬ ਕਰਦੇ ਨੇ ਸਾਡੀ ਮੀਟਿੰਗ, ਖਰਾਬ ਕਰਨ ਸਿਰਫ ਆਏ ਸੀ, ਅਤੇ ਜੋ ਪੁਲਿਸ ਦੀ ਗੱਲ ਆਖੀ ਜਾ ਰਹੀ ਹੈ, ਉਹ ਕਹਿੰਦੇ ਮੈਂ ਤਾਂ ਸਿਰਫ ਵੈਰੀਫਾਈ ਕਰਵਾਉਣਾ ਸੀ। ਤਾਂ ਐਮ ਐਲ ਏ ਸਾਹਿਬ, ਵੈਰੀਫਾਈ ਸਿਰਫ ਇਸ ਨੌਜਵਾਨ ਦੇ ਘਰੇ ਹੀ ਭੇਜ ਕੇ ਹੀ ਨਹੀਂ ਕੀਤਾ ਜਾ ਸਕਦਾ, ਜੇ ਪੁਲਿਸ ਭੁੱਕੀ ਵਾਲਿਆਂ ਨੂੰ ਫੜ ਸਕਦੀ ਆ, ਫੀਮ ਵਾਲਿਆਂ ਨੂੰ ਫੜ ਸਕਦੀ ਆ, ਅਤੇ ਪੁਲਿਸ ਉਹਨਾਂ ਨੂੰ ਵੀ ਫੜ ਸਕਦੀ ਆ, ਪੁਲਿਸ ਵੈਰੀਫਾਈ ਕਰ ਸਕਦੀ ਆ, ਇਹ ਵੈਰੀਫਾਈ ਤੁਸੀਂ ਵੈਸੇ ਵੀ 2 ਸਾਲ ਹੋ ਗਏ ਹੋਏ ਨੇ। ਤਾਂ ਡਾਕਟਰ ਸਾਹਿਬ ਨੇ ਇਹ ਵੀ ਕਿਹਾ, ਕਹਿੰਦੇ ਕਿ ਪੂਰੀ ਤਰ੍ਹਾਂ ਤਾਂ ਨਹੀਂ ਖਤਮ ਹੋਇਆ, ਪਰ ਕਹਿੰਦੇ ਮੇਰਾ ਹਲਕਾ ਜਿੱਥੇ ਸਭ ਤੋਂ ਘੱਟ, ਜਿਹੜਾ ਸਭ ਤੋਂ ਸ਼ਾਂਤ ਹਲਕਾ, ਜਿੱਥੇ ਸਭ ਤੋਂ ਘੱਟ ਜਿਹੜਾ ਕ੍ਰਾਈਮ ਵਗੈਰਾ ਹੁੰਦਾ ਹੋਵੇ। ਤੁਸੀਂ ਅੱਖਰ ਦੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ।